ਲੈਂਦੀ ਆ ਹੁੰਦਾ ਵਾ ਤੇਰੇ ਨਸ਼ੇ ਦੀ ਭੇਟ ਚੜਿਆ ਵਿਧਵਾ ਮਾਂ ਦਾ ਇਕਲੌਤਾ ਸਹਾਰਾ। 21 ਸਾਲ ਦੀ ਉਮਰ 'ਚ ਹੀ ਛੱਡ ਗਿਆ ਮਾਂ ਨੂੰ ਇਕੱਲਾ। ਪੁੱਤ ਦੀ ਮੌਤ ਤੋਂ ਬਾਅਦ ਧਾਹਾਂ ਮਾਰ ਮਾਰ ਕੇ ਰੋ ਰਹੀ ਮਾਂ। ਤਾਂ ਦੱਸ ਦੇ ਕਿ ਮਹਿਜ਼ 21 ਸਾਲ ਦੀ ਉਮਰ ਇਸ ਨੌਜਵਾਨ ਸੁਖਪ੍ਰੀਤ ਸਿੰਘ ਦੀ ਹੈ, ਜਿਸ ਦੀ ਮਾਂ ਨੇ ਇਸ ਨੂੰ ਬਿਨਾਂ ਪਿਓ ਤੋਂ ਬੜੀ ਮੁਸ਼ਕਿਲਾਂ ਦੇ ਨਾਲ ਪਾਲ ਪੋਸ ਕੇ ਵੱਡਾ ਕੀਤਾ ਸੀ। ਤਾਂ ਹੁਣ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਦ ਚੁੱਕਣ ਦਾ ਸਮਾਂ ਆਇਆ ਸੀ ਤਾਂ ਇਹ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਤੇ ਹੁਣ ਇਸ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਤੇ ਇਸ ਦੀਆਂ ਦੋ ਭੈਣਾਂ ਸੀ ਤੇ ਹੁਣ ਨਸ਼ੇ ਕਾਰਨ ਇਸ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਦਾ ਹੈ, ਜਿੱਥੇ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਇਸ ਸੰਬੰਧੀ ਪੀੜਿਤ ਪਰਿਵਾਰ ਨੇ ਰੋ ਰੋ ਕੇ ਦੱਸਿਆ ਕਿ ਅਸੀਂ ਉਹਨਾਂ ਦੱਸਿਆ ਕਿ ਬਿਨਾਂ ਪਿਤਾ ਦੇ ਇਸ ਨੂੰ ਬੜੀ ਮੁਸ਼ਕਿਲਾਂ ਦੇ ਨਾਲ ਪਾਲ ਪੋਸ ਕੇ ਵੱਡਾ ਕੀਤਾ, ਤਾਂ ਸੁੱਖਾਂ ਸੁੱਖ ਕੇ ਪਹਿਲਾਂ ਮੰਗਿਆ ਸੀ ਤੇ ਹੁਣ ਨਸ਼ੇ ਦੇ ਵਿੱਚ ਇਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਕਈ ਲੋਕ ਨਸ਼ੇ ਵੇਚਦੇ ਨੇ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕਰਦਾ। ਉਹਨਾਂ ਦੱਸਿਆ ਕਿ ਹੁਣ ਉਹਨਾਂ ਦਾ ਘਰ ਬਰਬਾਦ ਹੋ ਗਿਆ। ਤਾਂ ਨੌਜਵਾਨ ਨੇ ਸਾਡੇ ਘਰ ਦਾ ਹੁਣ ਗੁਜ਼ਾਰਾ ਚਲਾਉਣਾ ਸੀ ਤਾਂ ਉਸਦੀ ਹੁਣ ਨਸ਼ੇ ਦੇ ਵਿੱਚ ਮੌਤ ਹੋ ਗਈ। ਤਾਂ ਦੱਸ ਦਈਏ ਕਿ ਹਫ਼ਤੇ ਦੇ ਵਿੱਚ ਇਸ ਪਿੰਡ ਦਾ ਇਹ ਦੂਸਰਾ ਨੌਜਵਾਨ ਹੈ ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ। ਮਾਤਾ ਦਾ ਇਕਲੌਤਾ ਸਹਾਰਾ ਸੀ ਇਸ ਵਿਧਵਾ ਮਾਂ ਦਾ ਤੇ ਹੁਣ ਆਪਣੀ ਮਾਂ ਨੂੰ ਇਕੱਲਾ ਛੱਡ ਗਿਆ। ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਮੈਂ ਇਸੇ ਪਿੰਡ ਦਾ ਮੌਜੂਦਾ ਸਰਪੰਚ। ਕੀ ਮਾਮਲਾ ਹੋਇਆ, ਗੱਲਬਾਤ ਤੁਹਾਡੇ ਘਰ ਦੇ ਕੋਲੇ ਹੋਇਆ, ਕੀ ਮਾਮਲਾ? ਮਾਮਲਾ ਇਹ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ ਜੋ ਸ਼ਰੇਆਮ ਹੀ ਨਸ਼ਾ ਵਿਕਦਾ, ਬਾਹਰੋਂ ਆ ਕੇ ਵੀ ਵੇਚਦੇ ਆ ਲੋਕ ਤੇ ਹੋ ਸਕਦਾ ਪਿੰਡ ਦੇ ਵੀ ਉਹਨਾਂ ਨਾਲ ਮਿਲੇ ਹੈ, ਕੁਛ ਲੋਕ ਹੁੰਦੇ ਹੀ ਆ ਪਿੰਡਾਂ ਦੇ ਵਿੱਚ। ਜੇ ਇੱਕ ਬੱਚਾ ਪਹਿਲਾਂ ਵੀ 10 ਦਿਨ ਪਹਿਲਾਂ ਉਹਦੀ ਡੈਥ ਹੋਈ ਹੈ, ਇਹ ਵੀ ਇਸ ਚਿੱਟੇ ਨਾਲ ਹੀ ਹੋਈ ਸੀ। ਇਹ ਜੋ ਸੁਖਪ੍ਰੀਤ ਸਿੰਘ ਸਨ ਆਫ ਸਤਵੀਰ ਸਿੰਘ, ਸਤਵੀਰ ਸਿੰਘ ਦੀ ਡੈਥ ਕਾਫੀ ਸਾਲ ਪਹਿਲਾਂ ਹੋ ਗਈ ਸੀ ਤੇ ਇਹ ਬੱਚਾ ਵੀ ਇਹ ਨਸ਼ੇ ਦੇ ਕਾਰਨ ਹੀ ਮਰਿਆ, ਕਿਉਂਕਿ ਕਾਫੀ ਆਦੀ ਹੋ ਗਿਆ ਸੀ, ਉਹਦਾ ਸਿਸਟਮ ਅੰਦਰੋਂ ਖਤਮ ਹੋ ਚੁੱਕਿਆ ਸੀ ਬਿਲਕੁਲ ਵੀ, ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਘਰ ਦੀ ਹਾਲਤ ਵੀ ਖਸਤਾ ਹੀ ਹੈ। ਮਾਂ ਨੇ ਨਾ ਬੜੇ ਦਿਹਾੜੀਆਂ ਕਰਕੇ ਨਰੇਗਾ 'ਚ ਜਾਣਾ, ਕਿਤੇ ਕਿਸੇ ਦੇ ਜਾਣਾ, ਕਿਤੇ ਜ਼ਿੰਮੀਦਾਰਾਂ ਦੇ ਜਾਣਾ, ਅਤੇ ਬੜੇ ਮੁਸ਼ਕਿਲ ਨਾਲ ਪਾਲੇ ਸੀ ਬੱਚੇ ਇਹ। ਅਤੇ ਇਹ ਵੱਡਾ ਸੀਗਾ, ਇੱਕ ਛੋਟਾ ਉਹਦਾ ਭਾਈ ਹੈ, ਅਤੇ ਇਹ ਵੱਡਾ ਮੁੰਡਾ ਇਹ ਸੀ, ਉਹਨਾਂ ਨੂੰ ਵੀ ਸਹਾਰਾ ਬਣ ਜੂ ਸਾਡਾ, ਲੇਕਿਨ ਸਹਾਰਾ 'ਚ ਛੱਡ ਕੇ ਚਲਾ ਗਿਆ। ਇੱਕ ਗੁੱਡੀ ਵੀ, ਦੋ ਭੈਣਾਂ ਜੀ ਉਹਨਾਂ ਦੇ, ਇੱਕ ਦੀ ਸ਼ਾਦੀ ਹੋਈ ਹੈ, ਇੱਕ ਅਜੇ ਕੁਆਰੀ ਲੜਕੀ ਹੈ। ਤੇ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ? ਕਦੇ ਸਰਪੰਚ ਹੋਣ ਦੇ ਨਾਤੇ ਤੁਸੀਂ ਦੱਸਿਆ ਵੀ ਐਂ ਕਰਕੇ ਸਾਡੇ ਸਰੇਆਮ ਚਿੱਟਾ ਵਿਕਦਾ, ਕਦੇ ਪੁਲਿਸ ਨੇ ਕੋਈ ਕਾਰਵਾਈ ਕਰੀ? ਅਸੀਂ ਜੇ ਨਸ਼ਾ ਜੋ ਵਿਰੋਧੀ ਇੱਕ ਕਮੇਟੀ ਵੀ ਬਣਾਈ ਸੀ, ਅਸੀਂ 20-25 ਬੰਦੇ ਵੀ ਲੈ ਕੇ ਗਏ, ਜਾਂ ਉਸ ਤੋਂ ਵੀ ਜ਼ਿਆਦਾ ਹੋਵਾਂਗੇ ਸ਼ਾਇਦ। ਉਹਨਾਂ ਨੂੰ ਸਾਰਾ ਮਤਲਬ ਆਪਣੇ ਅਰਜ਼ੀ ਰਿਪੋਰਟ ਜੋ ਵੀ ਅਸੀਂ ਲਿਖਾਈ, ਇੱਕ ਬੰਦਾ ਫੜਾ ਵੀ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਚਲੋ ਉਸਦੇ ਕੋਲੋਂ ਕੁਛ ਮਿਲਿਆ ਨਹੀਂ ਸੀ, ਇਸ ਕਰਕੇ ਉਹ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਵੀ ਬਹੁਤ ਇੱਥੇ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ, ਵਾਟਰ ਵਰਕਸ ਸਕੂਲ, ਇਹਨਾਂ 'ਤੇ ਆਮ ਹੀ ਬੈਠੇ ਰਹਿੰਦੇ ਆ, ਜੋ ਚਿੱਟਾ ਖਾਣ ਵਾਲੇ ਵੀ, ਚਿੱਟਾ ਵੇਚਣ ਵਾਲੇ ਵੀ। ਪੁਲਿਸ ਵਾਲੇ ਕਦੇ ਇੱਕ ਮਤਲਬ ਸੀਰੀਅਸਲੀ ਨਹੀਂ ਆਏ ਕਦੇ ਵੀ, ਆਪਣੇ ਗਲੀਆਂ ਵਿੱਚ ਦੀ ਗੱਡੀ ਲੈ ਕੇ ਲੰਘ ਗਏ ਅਤੇ ਕੋਈ ਕਾਰਵਾਈ ਕੋਈ ਨਹੀਂ ਆਈ ਸਾਡੇ ਪਿੰਡ ਦੇ ਨਾ। ਪੁਲਿਸ ਕਹਿੰਦੀ ਕਸਟ ਓਪਰੇਸ਼ਨ ਚਲਾਇਆ ਸੀ,
ਵੀ ਵੱਡੇ ਵੱਡੇ ਆਪਰੇਸ਼ਨ ਚਲਾਏ ਅਸੀਂ ਪਿੰਡ ਦੇ ਵਿੱਚ ਜਾਂਦੇ ਰਹਿੰਦੇ ਹਾਂ, ਕਦੇ ਆਏ ਆ ਕੋਈ ਵੱਡੀ ਮੁਹਿੰਮ ਤੁਹਾਡੇ ਪਿੰਡ? ਸਾਡੇ ਪਿੰਡ 'ਚ ਕਦੇ ਵੀ ਕੋਈ ਵੱਡੀ ਮੁਹਿੰਮ ਨਹੀਂ ਹੋਈ, ਕਦੇ ਵੀ ਕੋਈ ਬਹੁਤ ਕਈ ਸਾਲ ਦੋ ਸਾਲ ਪਹਿਲੇ ਇੱਕ ਆਏ ਸੀ ਕੋਈ STF ਵਾਲੇ, ਉਹ ਵੀ ਕੋਈ ਇੰਨਾ ਕੋਈ ਬਹੁਤ ਵੱਡਾ ਉਹ ਨਹੀਂ ਸੀ, ਅਤੇ ਅਸੀਂ ਜਿਹੜਾ ਕਾਸਕੋ ਵਾਲਾ ਗੱਲ ਹੈ ਅਤੇ ਸਾਡੇ ਪਿੰਡ ਦੇ ਵਿੱਚ ਪਤਾ ਵੀ ਨਹੀਂ ਕਿ ਕੋਈ ਇਹ ਨਸ਼ੇ ਕਰ ਰਹੇ। ਨਸ਼ੇ ਤਾਂ ਬਹੁਤ ਕਰ ਰਿਹਾ ਜੀ ਸਾਡੇ ਪਿੰਡ ਦੇ ਵਿੱਚ, ਅਤੇ ਅਸੀਂ ਹੁਣ ਜੋ ਹੈ ਮੈਂ ਕਈ ਵਾਰੀ ਮਿਲਿਆ ਜਾ ਕੇ ਥਾਣੇ ਦੇ ਵਿੱਚ ਅਤੇ ਲੇਕਿਨ ਕੋਈ ਕਾਰਵਾਈ ਨਹੀਂ। ਅਸੀਂ MLA ਸਾਹਿਬ ਨੂੰ ਵੀ ਸਾਡੇ ਨੂੰ ਕਹਿਣਾ ਚਾਹੁੰਦੇ ਹਾਂ, ਪ੍ਰੋਫੈਸਰ ਬਲਜਿੰਦਰ ਕੌਰ ਨੂੰ, ਕਿ ਤੁਹਾਡੇ ਨਾਲ ਪਿੰਡ ਆ ਸਾਡਾ, ਅਤੇ ਤੁਸੀਂ ਕਹਿ ਕੇ ਕਿਸੇ ਨੂੰ ਜੋ SSP ਸਾਹਿਬ ਵਗੈਰਾ ਨੂੰ ਕਹਿ ਕੇ ਸਾਡੇ ਪਿੰਡ ਦੇ ਵਿੱਚ ਸਖਤੀ ਕਰਾਓ, ਜੋ ਬਾਹਰੋਂ ਆਉਂਦੇ ਆ ਜਾਂ ਸਾਡੇ ਪਿੰਡ ਦੇ ਕੋਈ ਮਿਲੇ ਆ ਉਹਨਾਂ ਨਾਲ, ਅਤੇ ਉਹਨਾਂ 'ਤੇ ਕੋਈ ਸਖਤ ਕਾਰਵਾਈ ਕਰੋ। ਮੰਗ ਕੀ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਤੋਂ? ਹੁਣ ਕਹਿੰਦੇ ਆ ਵੀ ਮਤਲਬ ਅਸੀਂ ਮੁਹਿੰਮ ਚਲਾਵਾਂਗੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੋਈ ਮੰਗ ਖਾਸ ਕਰਨਾ ਸਰਪੰਚ ਹੋਣ ਦੇ ਨਾਤੇ? ਮੰਗ ਇਹੀ ਹੈ ਜੀ, ਅਸੀਂ ਕਿਸੇ ਪਾਰਟੀ ਨੂੰ ਨਹੀਂ ਬਲੇਮ ਕਰਦੇ, ਅਤੇ ਅਸੀਂ ਕਿਸੇ ਸਰਕਾਰ ਨੂੰ ਨਹੀਂ, ਉਹ ਕਹਿੰਦੇ ਵੀ ਤੁਹਾਡਾ ਇਹ ਉਹ ਇਹਨੇ ਇਹ ਕੀਤਾ ਇਹਨੇ ਇਹ ਕੀਤਾ, ਨਸ਼ਾ ਪਹਿਲਾਂ ਵੀ ਵਿਕਦਾ ਸੀ ਅਤੇ ਹੁਣ ਜ਼ਿਆਦਾ ਹੋ ਗਿਆ। ਸਰਕਾਰ ਲਿਆਉਂਦੀ ਸੀ ਬਦਲਾਅ ਵਾਸਤੇ, ਅਤੇ ਇਹਨਾਂ ਨੇ ਵਾਅਦੇ ਵੀ ਕੀਤੇ ਸੀ ਬਹੁਤ ਜ਼ਿਆਦਾ, ਲੇਕਿਨ ਉਸ ਤੋਂ ਵੀ ਜ਼ਿਆਦਾ ਨਸ਼ਾ ਸਾਡੇ ਪਿੰਡ ਦੇ ਵਿੱਚ ਤਾਂ ਜ਼ਿਆਦਾ ਹੋ ਗਿਆ, ਬਾਕੀ ਕਹਿ ਨਹੀਂ ਸਕਦੇ। ਕਿਲੋਮੀਟਰ ਥਾਣੇ ਤੋਂ ਪਿੰਡ? ਥਾਣੇ ਤੋਂ ਸਿਰਫ 5 ਕਿਲੋਮੀਟਰ, ਜ਼ਿਆਦਾ ਤੋਂ ਜ਼ਿਆਦਾ 5 ਕਿਲੋਮੀਟਰ ਹੈ ਜੀ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਜਗਤਾਰ ਸਿੰਘ ਹੈ ਜੀ। ਪਿੰਡ ਕਿਹੜਾ ਜੀ? ਫਤਿਹਗੜ੍ਹ ਨਾਮਾ ਦਾ ਜੀ, ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਲਾਕ। ਕੀ ਕਹਿਣਾ ਚਾਹੁੰਦਾ ਤੁਸੀਂ ਆਹ ਮੁੰਡੇ ਦੀ ਜਿਹੜੀ ਡੈਥ ਹੋਈ ਹੈ, ਇਹ ਕਿੰਨੇ ਹੋਈ ਹੈ ਅਤੇ ਕੀ ਨਾਂ ਸੀ ਮੁੰਡੇ ਦਾ? ਇਹ ਮੁੰਡਾ ਜਿਹੜਾ ਮ੍ਰਿਤਕ ਹੈ ਜੀ, ਸੁਖਪ੍ਰੀਤ ਸਿੰਘ ਇਹਦਾ ਨਾਂ ਹੈ, ਸਤਵੀਰ ਸਿੰਘ ਇਹਦੇ ਡੈਡੀ ਦਾ ਨਾਂ ਗਾ, ਉਹਦੀ ਡੈਥ ਹੋਈ ਹੋਈ ਹੈ ਸਤਵੀਰ ਸਿੰਘ ਦੀ, 10-12 ਸਾਲ ਹੋ ਗਏ ਆ, ਅਤੇ ਇਹਦੀ ਮਾਤਾ ਨਹੀਂ ਇਹ ਅਸਲ ਦਿਹਾੜੀ ਜੱਪੇ ਕਰਕੇ ਜਾਂ ਕੋਈ ਕਿਵੇਂ ਕੋਈ ਗੋਹਾ ਕੂੜਾ ਕਰਕੇ ਪਾਲਿਆ ਸੀ। ਜਦੋਂ ਇਹ ਕਮਾਉਣ ਜੋਗਰਾ ਹੋਇਆ, ਇਹ ਇਹੋ ਜਿਹੇ ਬੰਦਿਆਂ ਦੇ ਧੱਕੇ ਚੜਿਆ ਕਿ ਇਹਨੂੰ ਚਿੱਟੇ ਦੇ ਨਾਲ ਲਾਤਾ, ਟੀਕੇ ਲਾਉਣ ਲੱਗ ਗਿਆ, ਆਦਿ ਹੋ ਗਿਆ ਸੀ ਇਹਨੂੰ, ਹੋ ਗਿਆ ਜੀ 1.5-2 ਸਾਲ ਵਾਂਗੂ ਹੋ ਗਿਆ ਇਹਨੂੰ ਚਿੱਟਣ ਲੱਗ ਗਿਆ। ਤੁਹਾਡੇ ਕੋਈ ਪੁਲਿਸ ਪ੍ਰਸ਼ਾਸਨ ਕੋਲ ਗੱਲ ਕਰੀ ਹੋਵੇ? ਨਹੀਂ, ਪੁਲਿਸ ਪ੍ਰਸ਼ਾਸਨ ਦੇ ਕੋਲ ਤਾਂ ਅਸੀਂ ਕੋਈ ਗੱਲ ਨਹੀਂ ਕਰੀ, ਇੱਕ ਕੁਛ ਕੁ ਦਿਨ ਹੋ ਗਏ ਪਹਿਲਾਂ, ਸਾਡੇ 5-4 ਕੁ ਦਿਨ ਹੀ ਹੋਏ ਆ, ਸਾਡੇ ਇੱਕ ਮੁੰਡੇ ਦੀ ਡੈਥ ਹੋਈ ਸੀਗੀ, ਉਹਦਾ ਭੋਗ ਪਿਆ। ਹਾਂਜੀ, ਉਹ ਵੀ ਓਵਰਡੋਜ਼ ਨਸ਼ੇ ਨਹੀਂ ਹੋਇਆ ਹੈਗਾ, ਗੁਰਦਿੱਤ ਸਿੰਘ ਸੀਗਾ ਉਹਦੇ ਪਿਤਾ ਦਾ ਨਾਂ, ਗੁਰਮੇਲ ਸਿੰਘ ਸੀਗਾ, ਵੈਸੇ ਖਬਰ ਵੀ ਲੱਗੀ ਹੋਈ ਹੈ ਉਹਦੇ ਬੰਦੇ ਦੀ। ਆਹ ਵੀ ਚਿੱਟੇ ਨਾਲ ਹੀ ਕਹਿੰਦੇ ਤੁਸੀਂ ਮੌਤ? ਹਾਂਜੀ, ਇਹ ਚਿੱਟੇ ਨਾਲ ਹੀ ਹੋਇਆ ਜੀ, ਆਦੀ ਹੋ ਗਿਆ ਸੀਗਾ, ਪਰ ਉਹ ਭੰਨ ਤੋੜ ਕਰਦਾ ਸੀ, ਕੁੜੀਆਂ ਤੋਂ ਪੈਸੇ ਮੰਗਦਾ ਰਹਿੰਦਾ, ਤੇ ਬਹੁਤ ਜ਼ਿਆਦਾ ਚਿੱਟਾ ਵਗੈਰਾ ਖਾਣ ਲੱਗ ਗਿਆ ਸੀ। ਪਿੰਡ 'ਚ ਕਿੰਨਾ ਕੁ ਵਿਕਦਾ ਜੀ? ਪਿੰਡ 'ਚ ਸ਼ਰੇਆਮ ਹੀ ਵਿਕਦਾ ਰਹਿੰਦਾ। ਨਹੀਂ, ਪੁਲਿਸ ਪ੍ਰਸ਼ਾਸਨ ਕਹਿੰਦੀ ਅਸੀਂ ਰੇਡ ਮਾਰਦੇ ਹਾਂ, ਮੁੱਖ ਮੰਤਰੀ ਨੇ ਮਾਰ ਜਾਂਦੇ ਆ ਜੀ, ਮਾਰਦੇ ਹੈਗੇ, ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ, ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਹਾਂ ਵੀ ਸਾਡੇ 2 ਕੇਸ ਹੋ ਗਏ, ਉਹ ਵੀ ਸਾਡੇ ਆਪਦੇ ਬੰਦਾ ਸੀ, ਇਹ ਸਾਡਾ ਜਮਾਂ ਸਕਾ ਮੇਰਾ ਭਤੀਜਾ, ਅੱਛਾ, ਮੇਰੇ ਵੱਡੇ ਭਾਈ ਦਾ ਲੜਕਾ, ਸਾਨੂੰ ਅੱਜ ਇਹ ਹੈਗਾ ਵੀ ਅੱਜ ਸਾਡੇ ਘਰਾਂ ਦੇ ਵਿੱਚ 70 ਵਿਛਿਆ ਹੋਇਆ, ਵੀ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਹੱਥ ਜੋੜ ਕੇ ਬੇਨਤੀ ਸਾਡੀ ਇਹ ਆ ਕਿ ਵੀ ਹੋਰ ਨਾ ਕਿਸੇ ਦਾ ਮਰੇ, ਵੀ ਅੱਜ ਜਿਹੜਾ 70 ਸਾਡੇ ਘਰੇ ਵਿਛਿਆ ਵੀ ਕਿਸੇ ਦੇ ਘਰ ਹੋਰ ਨਾ ਵਿਛਿਆ। ਬਸ ਮੰਗ ਕੀ ਕਰਦੇ ਹੋ? ਮੰਗ ਤਾਂ ਬਸ ਅਸੀਂ ਇਹੀ ਕਹਿੰਦੇ ਹਾਂ ਜੀ, ਬਸ ਵੀ ਆਹ ਜਿਹੜਾ ਚਿੱਟਾ ਵਗੈਰਾ ਵਿਕਦਾ, ਪ੍ਰਸ਼ਾਸਨ ਆ ਕੇ ਇਹਨੂੰ ਮਾੜਾ ਮੋਟਾ ਨੱਥ ਪਾਵੇ ਤਾਂ ਭਰੋਸਾ ਹੋਵੇ। ਕਦੇ ਤੁਸੀਂ ਗੱਲਬਾਤ ਕਰੀ ਹੋਵੇ DSP ਜਾਂ ਕੋਈ ਮਤਲਬ? ਨਹੀਂ, ਅਸੀਂ ਕਿਸੇ ਨਾਲ ਨਹੀਂ ਕਰੀ। ਉਹ ਆਉਂਦੇ ਆ ਕਸਕ ਆਪਰੇਸ਼ਨ ਚੱਲਦਾ? ਹਾਂਜੀ, ਉਹ ਕਦੇ ਕਦੇ ਗੇੜਾ ਮਾਰ ਜਾਂਦੇ ਆ ਜੀ, ਆਉਂਦੇ ਵੀ ਆ, ਆਹ ਸਾਡੇ ਪਿੱਛੇ ਜੇ ਕੇਸ ਹੋ ਗਿਆ, ਉਦੋਂ ਵੀ ਆਏ ਸੀ ਸ਼ਾਇਦ, ਮੈਨੂੰ ਲੱਗਦਾ SHO ਸਾਹਿਬ ਆ ਪਾ ਜਾਣਾ, ਮੈਂ ਹੈ ਨਹੀਂ ਸੀਗਾ ਇੱਥੇ, ਸਾਨੂੰ ਪਤਾ ਨਹੀਂ ਹੈਗਾ ਵੀ ਆ ਕੇ ਗਏ, ਤਾਂ ਦੱਸਣ ਦੇ ਮੁਤਾਬਕ ਵੀ ਆ ਕੇ ਗਏ ਆ ਬੰਦਾ।
ਹੁਣ ਦੇਖਦਾ ਸ਼ਰਿਆਂ ਵੀ ਸ਼ਰਿਆਂ ਨੂੰ ਵੀ ਚੱਲਦਾ ਜੀ, ਬਾਹਰੋਂ ਆ ਜਾਂਦੇ ਆ ਬੰਦੇ, ਕੋਈ ਪਿੰਡ ਦੇ ਚੋਂ ਰਲ ਜਾਂਦੇ ਆ। ਵੈਸੇ ਅਸੀਂ ਇਹ ਕਹਿੰਦੇ ਹਾਂ ਵੀ ਪ੍ਰਸ਼ਾਸਨ ਜੀ ਆਪ ਹੀ ਮਾੜਾ ਜਿਹਾ ਹੁਕਮ ਕਰਕੇ ਇਹਨਾਂ ਨੂੰ ਨੱਥ ਪਾਵੇ ਤਾਂ ਚੰਗਾ। ਚਰਨਜੀਤ ਕੌਰ ਜੀ, ਕੀ ਗੱਲਬਾਤ ਹੋਈ ਸੀ ਮੁੰਡੇ ਦੀ ਮੌਤ ਹੋਈ ਆ, ਕਾਹਦੇ ਨਾਲ ਮੌਤ ਹੋਈ? ਮੌਤ ਜੀ 3 ਸਾਲ ਹੋ ਗਏ ਸੀ। ਨਸ਼ੇ ਵਾਧੂ ਆ ਸਾਡੇ ਤਾਂ ਵਿਹੜੇ 'ਚ, ਵਾਧੂ ਵਿਕਦਾ ਅਤੇ ਵਾਧੂ ਖਾਂਦੇ ਆ ਲੋਕ। ਕੀ ਖਾਂਦੇ ਜੀ? ਨਸ਼ਾ ਚਿੱਟਾ ਵਾਧੂ। ਕੀ ਨਾਂ ਸੀ ਮੁੰਡੇ ਦਾ ਜੀ? ਸੁਖਪ੍ਰੀਤ ਸਿੰਘ ਜੀ। ਇਕੱਲਾ ਹੀ ਬੇਟਾ ਸੀ ਜੀ? ਨਹੀਂ ਜੀ, 2 ਬੇਟੇ ਆ। ਅੱਛਾ, ਪਹਿਲਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਿਸੇ ਨਾਲ ਕੋਈ ਗੱਲਬਾਤ ਕਿਹਾ ਸੀ ਵੀ ਇੱਥੇ ਵਿਕਦਾ ਪਿੰਡ ਵਾਲੇ ਕਹਿੰਦੇ ਹੁੰਦੇ? ਨਹੀਂ ਸਰ, ਅਸੀਂ ਕੋਈ ਗੱਲ ਨਹੀਂ ਕਰੀ ਕਿਤੇ। ਹੁਣ ਜਦੋਂ ਸਾਡੇ ਕਾਰਜ ਨੂੰ ਰੁੱਗ ਭਰਿਆ ਮੇਰੇ, ਹੁਣ ਮੈਂ ਕਹਿੰਦੀ ਹਾਂ, ਹੁਣ ਮੈਂ ਕਹਿੰਦੀ ਹਾਂ ਵੀ ਸਾਡੇ ਵਿਕਦਾ ਸਾਡੇ ਤਾਂ ਗੁੜ ਚਾਹ ਵਾਂਗੂ ਵਿਕਦੇ ਆ ਇੱਥੇ। ਮੁੰਡੇ ਦੀ ਮੌਤ ਫਿਰ ਕਿਵੇਂ ਹੋਈ? ਐਵੇਂ ਦੀ ਕਰੀ ਚਿੱਟੇ ਨਾਲ ਹੀ? ਹੋ ਸਕਦਾ ਸਰ, ਚਿੱਟਾ ਲਾਇਆ ਕਿ ਕੀ ਕਰਿਆ ਮੈਨੂੰ ਤਾਂ ਪਤਾ ਨਹੀਂ। ਹੁਣ ਵੀ ਮੇਰੇ ਤਾਂ ਉਹਨਾਂ ਬੋਲਣੋ ਹੀ ਹਟ ਗਿਆ ਸੀ। ਅੱਛਾ, ਮੈਂ ਤਾਂ ਕੁਛ ਨਹੀਂ ਕਹਿ ਸਕਦੀ ਸਰ। 4 ਦਿਨ 5 ਦਿਨ ਹੁਣ ਦਾਖਲ ਰੱਖਿਆ ਮੈਂ, 3-4 ਹੋਸਪਿਟਲ ਬਦਲੇ। ਡੈਡੀ ਹੈ ਨਹੀਂ, ਮੈਂ ਤਾਂ ਇਕੱਲੀ ਜਣੀ ਸੀ, ਕਦੇ ਕਿੱਧਰ ਭੱਜਦੀ ਸੀ ਕਦੇ ਕਿੱਧਰ ਭੱਜਦੀ ਸੀ, ਮੇਰੇ ਤਾਂ ਕੋਈ ਨਾਲ ਸਾਥੀ ਵੀ ਹੈ ਨਹੀਂ ਸੀਗਾ। ਅਤੇ ਗੱਲ ਕਰ ਮੇਰਾ, ਅੱਜ 24 ਸਾਲਾਂ ਦਾ ਪੁੱਤ ਗਿਆ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ, ਮੁੱਖ ਮੰਤਰੀ ਤੋਂ ਕੀ ਕਹਿਣਾ ਚਾਹੁੰਦੇ? ਤੁਹਾਡਾ ਬੱਚਾ ਤੁਰ ਗਿਆ, ਹੋਰ ਨਾ ਮਤਲਬ ਨਾ ਜਾਵੇ, ਕਹਿਣਾ ਚਾਹੁੰਦੇ ਕੁਛ ਵੀ? ਹਾਂ ਸਰ, ਆਪਾਂ ਇਹ ਕਹਿੰਦੇ ਵੀ ਇਹ ਰਸਤੇ ਕਿਸੇ ਦਾ ਬੇਟਾ ਨਾ ਜਾਵੇ, ਜਿਹੜੇ ਅੱਜ ਮੇਰੇ ਕਾਰਜ ਨੂੰ ਰੁੱਗ ਭਰਿਆ ਨਾ ਭਰਿਆ ਜਾਵੇ ਸਰ ਕਿਸੇ ਦੇ। ਨਹੀਂ ਕਹਿਣਾ ਚਾਹੁੰਦੀ ਹਾਂ, ਅੱਜ ਮੈਨੂੰ ਪਤਾ ਸਰ, ਜਿਵੇਂ ਮੇਰੇ ਨਾਲ ਬੀਤੀ ਜਾਂਦੀ ਆ, ਮੇਰੇ ਢਿੱਡ ਚੱਤਣਾ ਦੇਈ ਜਾਂਦਾ ਮੇਰਾ ਪੁੱਤ। ਜਿਵੇਂ ਬੱਚੇ ਦਾ ਮਤਲਬ ਡੈਡੀ ਹੈ ਨਹੀਂ ਸੀ, ਤੁਸੀਂ ਮਸਾਂ ਪਾਲਣ ਪੋਸ਼ਣ ਕੀਤਾ? ਹਾਂਜੀ ਸਰ। ਮੁੰਡਾ ਕੀ ਕਰਦਾ ਸੀ? ਸਰ ਸਲੂਨ ਦਾ ਕੰਮ ਸਿੱਖ ਕੇ ਤੇ ਮੁੜ ਕੇ ਘਰੇ ਬੈਠ ਗਿਆ, ਬਸ ਇਹਦੋਂ ਨਸ਼ਾਂ 'ਚ ਪੈ ਗਿਆ। ਤੁਹਾਨੂੰ ਆਸ ਸੀਗੀ ਵੀ ਮੁੰਡਾ ਹੁਣ ਕਮਾਊਗਾ? ਸਰ ਸੀਗੀ, ਜਦੋਂ ਡੈਡੀ ਮੁੱਕ ਗਿਆ ਮੈਨੂੰ ਤਾਂ ਐਂ ਸੀ ਮੇਰਾ ਸਹਾਰਾ ਹੋ ਗਿਆ, ਤੇ ਮੈਨੂੰ ਤਾਂ ਉਹਨੇ ਵੀ ਗੁੰਜੇ ਸਿੜਤਾ। ਕੱਲ ਪਰਸੋਂ ਤੁਹਾਡੇ ਪਿੰਡ ਇੱਥੇ ਇੱਕ ਹੋਰ ਵੀ ਮਰਿਆ ਮੁੰਡਾ? ਹਾਂਜੀ ਸਰ, ਮਰਿਆ। ਉਹਦਾ ਹਜੇ ਭੋਗ ਨਹੀਂ ਪਿਆ ਮਿਲਦਾ ਜੀ? ਪਿਆ ਜਾ ਸਰ, ਪਰਸੋਂ ਪੈ ਗਿਆ। ਹੁਣ ਮੰਗ ਕਰਨਾ ਚਾਹੁੰਦਾ ਵੀ ਬੰਦ ਹੋਣਾ ਚਾਹੀਦਾ? ਹਾਂ ਸਰ, ਬੰਦ ਹੋਣਾ ਚਾਹੀਦਾ। ਚੋਂ ਨਿਕਲ ਜੇ ਜਿੱਤਾ। ਹਾਂ ਸਰ, ਕਹਿੰਦੇ ਆ ਵੀ ਬੰਦ ਹੋਣਾ ਚਾਹੀਦਾ ਜੀ। ਮੈਂ ਕਹਿੰਦੀ ਵੀ ਜਿਹੜੇ ਰਸਤੇ ਅੱਜ ਮੈਂ ਪੈ ਗਈ, ਮੇਰੀ ਭੈਣ ਕੋਈ ਮੇਰਾ ਵੀਰ ਨਾ ਪਵੇ, ਅੱਜ ਜਿਹੜੇ ਵੀ ਮੇਰਾ ਪਿਆ ਜਾ ਰਿਹਾ ਨੱਕੇ ਜਾਣ, ਜਿਹੜੇ ਰਸਤੇ ਬੱਚੇ ਕਿਸੇ ਦੇ ਨਾ ਪੈਣ, ਮੈਂ ਤਾਂ ਕਹਿੰਦੀ ਸੱਤੀ ਇੱਥੇ ਕਹਿੰਦੀ ਹਾਂ ਮੈਂ। ਪੁਲਿਸ ਤਾਂ ਕਹਿੰਦੀ ਕਦੇ ਇੱਥੇ ਦਿਖ ਰਹੀ ਨਹੀਂ, ਕਹਿੰਦੀ ਅਸੀਂ ਰੋਜ਼ ਰੇਡ ਮਾਰਦੇ ਹਾਂ। ਕੀ ਪਤਾ ਸਰ, ਸਾਨੂੰ ਤਾਂ ਪਤਾ ਨਹੀਂ ਮਿੰਟਾਂ 'ਚ ਦੇ ਇੱਕ ਦੂਜੇ ਨਾਲ ਕਿਵੇਂ, ਇੱਕ ਦੂਜੇ ਦਾ ਨਾਲ ਹੱਥ ਚਲਾ ਔਖ ਮਿਲਾ ਕੇ ਕਿਵੇਂ ਵੱਲ ਦਿੰਦੇ ਨਾ, ਪਰ ਮੈਨੂੰ ਤਾਂ ਜਦੋਂ ਮੇਰਾ ਪੁੱਤ ਗਿਆ ਮੈਨੂੰ ਤਾਂ ਐਂ ਲੱਗੀ ਜਾਂਦਾ ਹੁਣ।